ਹਾਲ ਜੀ ਸਾਰਿਆਂ ਨੂੰ ਕਿਦਾਂ ਹੋ ਆਈ ਹੋਪ ਸਭ ਵਧੀਆ ਹੋਣਗੇ ਅੱਜ ਮੈਂ ਤੁਹਾਡੇ ਲਈ ਟ੍ਰੈਂਡਿੰਗ ਦੁਪੱਟਿਆਂ ਦੀ ਵੀਡੀਓ ਲੈ ਕੇ ਆਈ ਹਾਂ ਜੋ ਸਿੰਪਲ ਸੂਟ ਤੇ ਆਪਾਂ ਵੇਅਰ ਕਰਾਂਗੇ ਉਹ ਯੂਨੀਕ ਬਣਾ ਦੇਣਗੇ ਸੂਟ ਨੂੰ ਡਿਜ਼ਾਈਨਰ ਬਣਾ ਦੇਣਗੇ ਬਟ ਤੁਸੀਂ ਮੈਨੂੰ ਸਪੋਰਟ ਕਰੋ ਯਾਰ ਜਦੋਂ ਤੁਸੀਂ ਸਪੋਰਟ ਕਰੋਗੇ ਤਾਂ ਹੀ ਮੈਂ ਅੱਗੇ ਤੋਂ ਅੱਗੇ ਕੁਝ ਲੈ ਕੇ ਆਵਾਂਗੀ ਨਿਊ ਦਿਖਾਵਾਂਗੀ ਤੁਹਾਨੂੰ ਤੁਸੀਂ ਮਾੜਾ ਮੋਟਾ ਸਪੋਰਟ ਤਾਂ ਕਰੋ ਮੈਨੂੰ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਜੋ ਮੇਰੀ ਸਾਰੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਆਣ ਜਦੋਂ ਮੈਂ ਵੀਡੀਓ ਪਾਵਾਂ ਫਸਟ ਮੇਰਾ ਦੁਪੱਟਾ ਆ ਸੈਂਟਰ ਦੇ ਵਿੱਚ ਇਹਦੇ ਇਦਾਂ ਬਰੋਚ ਟਾਈਪ ਬਣਾਇਆ ਹੋਇਆ ਜੋ ਆਪਾਂ ਨੂੰ ਨੈਕਲੈਸ ਲੱਗੇ ਜਿਵੇਂ ਨੈਕ ਤੇ ਲਗਾਉਂਦੇ ਆ ਇਹ ਨੈਕਲੈਸ ਲੱਗੇ ਬਟ ਇਹ ਨੋਰਮਲ ਦੁਪੱਟਾ ਨਹੀਂ ਹੈਗਾ ਇਹ ਆਪਾਂ ਟ੍ਰਾਇੰਗਲ ਸ਼ੇਪ ਦਾ ਦੁਪੱਟਾ ਹੈ ਇਹ ਸਾਈਡ ਵੀ ਦੇਖੋ ਟ੍ਰਾਇੰਗਲ ਹੈ ਇਹਦੀ ਫੈਬਰ ਸਟਾਲ ਚੱਲੇ ਸੀ ਨਾ ਵੈਸੇ ਜੇ ਆਪਾਂ ਮਾਰਕੀਟ 'ਚ ਲੈਣ ਜਾਂਦੇ ਆਪਾਂ ਨੂੰ ਕਾਫੀ ਕੋਸਟਲੀ ਮਿਲਦੇ ਨੇ ਇਹ ਮੈਂ ਇਹ ਪਲੇਨ ਵੈਲਵਟ ਲੈ ਕੇ ਉਸ 'ਤੇ ਗੋਟਾ ਪੱਤੀ ਕੀਤੀ ਸੀ ਗੋਟਾ ਪੱਤੀ ਇੱਕ ਪੱਤਿਆਂ ਲਈ ਲੈਸ ਹੁੰਦੀ ਆ ਉਹਨੂੰ ਕਟਿੰਗ ਕਰ ਕਰਕੇ ਇਹਨਾਂ ਦੇ ਸਿੰਗਲ ਸਿੰਗਲ ਡੱਬੇ 'ਚ ਇਹਨੂੰ ਲਗਾਇਆ ਹੋਇਆ ਅਤੇ ਇਹਦੇ 'ਤੇ ਬਾਰਡਰ 'ਤੇ ਮੋਟੇ ਮੋਤੀ ਵਾਲੀ ਲੈਸ ਲਗਾ ਕੇ ਅਤੇ ਜੋ ਇਹਦੇ ਨਾਲ ਕੰਟਰਾਸਟ ਸੂਟ ਹੈ ਉਸ ਕਲਰ ਦੀ ਉਸ ਸੂਟ ਦੇ ਨਾਲ ਦੀ ਲੈਸ ਲਗਾਈ ਹੋਈ ਆ ਨੈਕਸਟ ਹੈਗਾ ਆਪਣਾ ਇਹ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਵੈਸੇ ਤਕਰੀਬਨ ਜੋ ਵੀ ਹੁੰਦੇ ਨੇ ਮੇਰੇ ਸੂਟ ਤੁਸੀਂ ਸੀਰੀਅਸਲੀ ਬਹੁਤ ਪਸੰਦ ਕਰਦੇ ਹੋ ਇਹ ਕੁਛ ਨਹੀਂ ਕੀਤਾ ਹੋਇਆ ਇਸ 'ਤੇ ਸਿੰਪਲ ਦੁਪੱਟਾ ਹੈ ਸਿੰਪਲ ਦੁਪੱਟੇ ਦਾ ਟੋਟਲ ਲੈ ਕੇ ਆਪਾਂ ਨੇ ਆਹ ਦੇਖੋ ਇੱਦਾਂ ਨੈੱਕ ਬਣਾਇਆ ਹੋਇਆ ਸੈਂਟਰ 'ਚ ਅਤੇ ਸਾਈਡ 'ਤੇ ਲੈਸ ਇਹ ਗਰਲਸ ਨੇ ਬਹੁਤ ਪਸੰਦ ਕੀਤਾ ਸੀ ਇਹ ਟ੍ਰਾਇੰਗਲ ਲੈ ਕੇ ਮੈਨੇ ਟ੍ਰਾਇੰਗਲ ਦੁਪੱਟਾ ਬਣਾਇਆ ਹੋਇਆ ਸਾਈਡਾਂ 'ਤੇ ਜਿੰਨੀ ਆਪਣੀ ਲੈਂਥ ਹੁੰਦੀ ਆ ਇਹ ਨਾਪ ਲਿਆ ਵੀ ਕਿੰਨੀ ਲੈਂਥ ਆ ਉਸ ਤੋਂ ਬਾਅਦ ਜਿੰਨੀ ਲੈਂਥ ਘੱਟਦੀ ਆ ਉਸ 'ਤੇ ਮੈਂ ਬੀਡਸ ਲਗਾਏ ਹੋਏ ਨੇ ਮੈਚਿੰਗ ਮੋਤੀ ਜੋ ਇਹਦੇ ਸੂਟ ਨਾਲ ਆਉਂਦੇ ਨੇ ਨੈਕਸਟ ਦੁਪੱਟਾ ਹੈਗਾ ਆਪਣਾ ਦੁਪੱਟਾ ਨਹੀਂ ਇਹ ਪਹੁੰਚੂਗਾ ਵੈਸੇ ਮੈਂ ਨਾਲ ਦੀ ਨਾਲ ਤੁਹਾਨੂੰ ਪਿੱਕ ਲਗਾ ਕੇ ਦਿਖਾਈ ਜਾਵਾਂਗੀ ਵੀ ਕਿਹੜੇ ਸੂਟ ਦੀ ਕਿੱਦਾਂ ਦੀ ਲੁੱਕ ਆ ਇਹ ਦੇਖੋ ਇਹ ਅਪ ਡਾਊਨ ਹੈ ਫਰੰਟ ਤੋਂ ਇਹ ਸ਼ਾਰਟ ਹੈ ਅਤੇ ਬੈਕ ਤੋਂ ਇਹ ਲੌਂਗ ਹੈ ਇੱਦਾਂ ਇਹਦਾ ਨੈੱਕ ਬਣਾਇਆ ਹੋਇਆ ਇਹ ਵੇਅਰ ਕਰਦੀ ਹੁੰਦੀ ਹਾਂ ਮੈਂ ਸੂਟ ਨਾਲ ਦੁਪੱਟੇ ਦੇ ਥਾਂ ਬਣਾਇਆ ਹੋਇਆ ਇਹ ਦੁਪੱਟਾ ਨਹੀਂ ਫਿਰ ਇੱਥੇ ਲੈਂਦੇ ਨੈਕਸਟ ਦੁਪੱਟਾ ਹੈ ਬਟ ਹੈ ਸਿੰਪਲ ਬਟ ਇਹਦੇ ਕੁਛ ਨਹੀਂ ਕੀਤਾ ਹੋਇਆ ਅਤੇ ਸੈਂਟਰ 'ਚ ਟੈਸਲ ਲਗਾ ਕੇ ਫੈਬਰਿਕ ਲਗਾ ਲਿਆ ਜੋ ਸੂਟ 'ਤੇ ਹੈਗਾ ਸੀਗਾ ਉਹ ਫੈਬਰਿਕ ਲਗਾ ਕੇ ਟੈਸਲ ਲਗਾ ਕੇ ਅਤੇ ਸਾਈਡਾਂ 'ਤੇ ਵੀ ਇਹਦੇ ਕੋਰਨਰਸ 'ਤੇ ਵੀ ਟੈਸਲ ਲਗਾ ਲਏ ਸੀਗੇ ਫੈਬਰਿਕ ਦੇ ਬਣਾ ਕੇ ਲਾਏ ਸੀਗੇ ਨੈਕਸਟ ਹੈਗਾ ਆ ਨੈਕਸਟ ਦੁਪੱਟਾ ਹੈਗਾ ਜੋ ਤੁਹਾਨੂੰ ਫਰੰਟ ਤੋਂ ਤਾਂ ਬਿਲਕੁਲ ਨਹੀਂ ਲੱਗੇਗਾ ਵੀ ਹਾਂ ਵੀ ਇਹ ਦੁਪੱਟਾ ਹੈ ਫਰੰਟ ਤੋਂ ਮੈਨੇ ਜਸਟ ਬੀਟ ਦੀ ਮੈਂ 3 ਲੜੀਆਂ ਕੱਢੀਆਂ ਹੋਈਆਂ ਨੇ ਅਤੇ ਬੈਕ ਤੋਂ ਮੈਨੇ ਇਹਦੇ ਨਾਲ ਕੀਤਾ ਹੋਇਆ ਦੁਪੱਟਾ ਅਟੈਚ ਬੈਕ ਤੋਂ ਆਪਾਂ ਨੂੰ ਪ੍ਰੋਪਰ ਲੈਂਥ ਮਿਲੇਗੀ ਜਿੰਨੇ ਹੁੰਦੇ ਦੁਪੱਟੇ ਦੀ ਸ਼ੋਲਡਰ 'ਤੇ ਆ ਕੇ ਇਸ ਲੜੀਆਂ ਨਾਲ ਦੁਪੱਟਾ ਅਟੈਚ ਕੀਤਾ ਹੋਇਆ ਇਹ ਡਿਜ਼ਾਈਨਰ ਬਣ ਜਾਂਦਾ ਹੈ ਸੂਟ ਅਗਰ ਆਪਾਂ ਅਟੈਚ ਕਰ ਨੈਕਸਟ ਹੈਗਾ ਉਹ ਵੀ ਤੁਹਾਨੂੰ ਬਹੁਤ ਪਸੰਦ ਕੀਤਾ ਉਸ ਵੀਡੀਓ ਨੂੰ ਮੈਂ ਇੰਸਟਾਗ੍ਰਾਮ 'ਤੇ ਪਾਈ ਸੀ ਇੰਸਟਾਗ੍ਰਾਮ ਦੀ ਆਈਡੀ ਵੀ ਮੈਨਸ਼ਨ ਕਰ ਦਾਂਗੀ ਮੈਂ ਇਹ ਕੁਛ ਨਹੀਂ ਜਸਟ ਸ਼ਿਮਰ ਨੈੱਟ ਲੈ ਕੇ ਉਹਦਾ ਸੂਟ ਬਣਾਇਆ ਸੀਗਾ ਸੂਟ ਬਣਾ ਕੇ ਥੋੜ੍ਹਾ ਜਿਹਾ ਉਹਨੂੰ ਯੂਨੀਕ ਦਿਖਾਉਣ ਲਈ ਉਹਦੇ ਨਾਲ ਦੁਪੱਟਾ ਅਟੈਚ ਕੀਤਾ ਗਿਆ ਪਲੇਟਾਂ ਪਾ ਕੇ ਵਿੱਚ ਅਟੈਚ ਕਰਕੇ ਇਹ ਬਰੋਚ ਲਗਾਏ ਹੋਏ ਨੇ ਬਰੋਚ ਮੈਨੇ ਆਪ ਬਣਾਏ ਨੇ ਲੈਸ ਸੀਗੀ ਇਹ ਸਿੰਪਲ ਉਸ 'ਤੇ ਫਿਰ ਬਿਲਕੁਲ ਜਿਹੜਾ ਵਰਕ ਕੀਤਾ ਹੋਇਆ ਇਹ ਸਾਰਾ ਆਪ ਕੀਤਾ ਹੋਇਆ ਮੈਂ ਫਿਰ ਆ ਸਾਈਡ 'ਤੇ ਲੜੀਆਂ ਲਗਾਈਆਂ ਨੇ ਜੋ ਆਪਣੇ ਇੱਕ ਸਾਈਡ ਸ਼ੋਲਡਰ 'ਤੇ ਇੱਦਾਂ ਲਟਕਦੀਆਂ ਨੇ ਆ ਸੀਰੀਅਸਲੀ ਬਹੁਤ ਯੂਨੀਕ ਜਿਹਾ ਸੂਟ ਬਣ ਜਾਏ ਇਹਦੇ ਨਾਲ ਵੀ ਹਾਂ ਡਿਜ਼ਾਈਨਰ ਬਣ ਜਾਂਦਾ ਆ ਆਪਾਂ ਮਾਰਕੀਟ 'ਚ ਲੈਣ ਜਾਂਦੇ ਹਾਂ ਨਾ ਆਪਾਂ ਨੂੰ ਵੈਸੇ ਤਾਂ ਮਿਲਦਾ ਹੀ ਨਹੀਂ ਹੈਗਾ ਇੱਦਾਂ ਦਾ ਕੁਛ ਇਹ ਸੀ ਮੇਰੇ ਸਾਰੇ ਦੁਪੱਟੇ ਕਲੈਕਸ਼ਨ ਬਟ ਇਹ ਹਾਫ ਨੇ